ਬਹੁਤ ਹੀ ਭਿਆਨਕ ਹਾਦਸਾ ਵਾਪਰਿਆ। ਇਹ ਫੋਰਚੂਨਰ ਗੱਡੀ ਵਾਲੇ ਨੇ ਐਕਟਿਵਾ ਸਵਾਰ ਨੂੰ ਦੇਖੋ ਕਿੰਨੀ ਦੂਰ ਚੁੱਕ ਕੇ ਮਾਰਿਆ, ਐਕਟਿਵਾ ਪੂਰੀ ਖਿਲਰ ਗਈ ਅਤੇ ਐਕਟਿਵਾ 'ਤੇ ਸਵਾਰ ਸ਼ਖਸ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਐਕਟਿਵਾ 'ਤੇ ਪੱਤਰਕਾਰ ਸਵਾਰ ਸੀ, ਪੱਤਰਕਾਰ ਜੋ ਕਿ ਸੜਕ ਪਾਰ ਕਰ ਰਿਹਾ ਸੀ। ਹੁਣ ਵੀਡੀਓ ਦੇਖ ਕੇ ਦੱਸੋ ਆਖਿਰਕਾਰ ਗੱਡੀ ਵਾਲੇ ਦੀ ਗਲਤੀ ਹੈ ਜਾਂ ਐਕਟਿਵਾ ਵਾਲੇ ਪੱਤਰਕਾਰ ਦੀ, ਜਿਸ ਦੀ ਕਿ ਹੁਣ ਮੌਤ ਹੋ ਚੁੱਕੀ ਹੈ। ਤਾਂ ਬਹੁਤ ਹੀ ਭਿਆਨਕ ਹਾਦਸਾ ਹੋਇਆ ਹੈ। ਫੋਰਚੂਨਰ ਗੱਡੀ ਵਾਲੇ ਨੇ ਚੁੱਕ ਕੇ ਮਾਰਿਆ ਹੈ ਐਕਟਿਵਾ ਸਵਾਰ। ਦੇਖ ਸਕਦੇ ਹੋ ਹਾਦਸੇ ਦੇ ਵਿੱਚ ਪੱਤਰਕਾਰ ਦੀ ਮੌਤ ਹੋ ਗਈ ਹੈ। ਪਹਿਲਾਂ ਕਦੇ ਨਹੀਂ ਦੇਖਿਆ ਹੋਣਾ ਅਜਿਹਾ ਹਾਦਸਾ ਤੁਸੀਂ। ਜੀ ਹਾਂ, ਪਹਿਲਾਂ ਕਦੇ ਵੀ ਨਹੀਂ ਤੁਸੀਂ ਅਜਿਹਾ ਹਾਦਸਾ ਦੇਖਿਆ ਹੋਣਾ। ਸੜਕ 'ਤੇ ਲੱਗੇ ਰੋਡ ਹੈ, ਮੇਨ ਰੋਡ ਹੈ, ਸੜਕ 'ਤੇ ਲੱਗੇ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਪੁਲਿਸ ਅਗਲੀ ਕਾਰਵਾਈ ਦੇ ਵਿੱਚ ਜੁਟ ਗਈ ਹੈ। ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਆਖਿਰਕਾਰ ਗਲਤੀ ਕਿਸ ਦੀ ਸੀ, ਸਕੂਟੀ ਵਾਲੇ ਪੱਤਰਕਾਰ ਦੀ ਜਾਂ ਗੱਡੀ ਵਾਲੇ ਦੀ, ਕਿਉਂਕਿ ਗੱਡੀ ਵਾਲਾ ਵੀ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਹੈ। ਦੇਖ ਸਕਦੇ ਹੋ ਤਸਵੀਰਾਂ ਕੋਲ ਜਿਹੜਾ ਆਟੋ ਖੜਿਆ ਹੋਇਆ, ਇੱਕ ਸਾਈਕਲ ਵਾਲਾ ਵੀ ਉੱਥੋਂ ਲੰਘਦਾ ਹੈ। ਤਾਂ ਗੱਡੀ ਵਾਲੇ ਨੇ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਿੱਧਾ ਜਿਹੜੀ ਟੱਕਰ ਹੈ ਉਹ ਐਕਟਿਵਾ ਦੇ ਵਿੱਚ ਜਾ ਕੇ ਵੱਜਦੀ ਹੈ। ਤਾਂ ਦੱਸ ਦਈਏ ਕਿ ਕਾਫੀ ਦੂਰ ਤੱਕ, ਕਈ ਮੀਟਰ ਦੂਰ ਤੱਕ ਖਿਸੜਦਾ ਹੋਇਆ ਗਿਆ ਹੈ ਪੱਤਰਕਾਰ। ਕਾਫੀ ਸੱਟਾਂ ਲੱਗੀਆਂ ਉਸਨੂੰ, ਜਿਸ ਕਰਕੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਅਤੇ ਐਕਟਿਵਾ ਦਾ ਹਾਲ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਹਵਾ ਦੇ ਵਿੱਚ ਉਛਲਿਆ ਜਦੋਂ ਸ਼ਖਸ, ਅਤੇ ਐਕਟਿਵਾ ਵੀ ਪੂਰੀ ਖਿਲਰ ਗਈ। ਤਾਂ ਵੱਡੀ ਖਬਰ ਹੈ, ਬੰਗਾ ਤੋਂ ਫਗਵਾੜਾ ਜਾਣ ਵਾਲੇ ਮਾਰਗ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੱਤਰਕਾਰ ਗੁਰਨਾਮ ਸਿੰਘ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ। ਇੱਕ ਫੋਰਚੂਨਰ ਗੱਡੀ ਨੇ ਕਾਫੀ ਤੇਜ਼ ਰਫ਼ਤਾਰ ਦੌਰਾਨ ਇੱਕ ਐਕਟਿਵਾ ਨੂੰ ਟੱਕਰ ਮਾਰੀ। ਐਕਟਿਵਾ 'ਤੇ ਪੱਤਰਕਾਰ ਗੁਰਨਾਮ ਸਿੰਘ ਸਵਾਰ ਸੀ, ਰੋਡ ਕ੍ਰੋਸ ਕਰ ਰਿਹਾ ਸੀ। ਤਾਂ ਜ਼ੋਰਦਾਰ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਕਈ ਮੀਟਰ ਦੂਰ ਜਾ ਕੇ ਪਹਿਲਾਂ ਹਵਾ ਦੇ ਵਿੱਚ ਕਈ ਕਲਾਬਾਜ਼ੀਆਂ ਖਾਂਦਾ ਹੈ ਪੱਤਰਕਾਰ ਗੁਰਨਾਮ ਸਿੰਘ, ਬਾਅਦ ਦੇ ਵਿੱਚ ਕਈ ਮੀਟਰ ਦੂਰ ਜਾ ਕੇ ਡਿੱਗਦਾ ਹੈ, ਜਿਸ ਕਰਕੇ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਫੋਰਚੂਨਰ PB 32 ਦੱਸੀ ਜਾ ਰਹੀ ਹੈ, ਪੰਜਾਬ 32 ਰਜਿਸਟ੍ਰੇਸ਼ਨ ਇਸਦਾ ਨੰਬਰ ਹੈ। ਅਤੇ ਫੋਰਚੂਨਰ ਸਵਾਰ ਹਰਵਿੰਦਰ ਸਿੰਘ ਪਹਿਚਾਣ ਹੋਈ ਹੈ ਉਸਦੀ। ਜੀ ਹਾਂ, ਹਰਵਿੰਦਰ ਸਿੰਘ ਸੀ ਫੋਰਚੂਨਰ ਦੇ ਵਿੱਚ ਸਵਾਰ, ਜਿਸ ਦੇ ਵੱਲੋਂ ਗੁਰਨਾਮ ਸਿੰਘ ਨੂੰ ਟੱਕਰ ਮਾਰੀ ਗਈ ਹੈ। ਤਾਂ ਕਮੈਂਟ ਕਰਕੇ ਦੱਸੋ ਆਖਿਰਕਾਰ ਗਲਤੀ ਕਿਸ ਦੀ ਹੈ, ਕਿਸ ਦੀ ਗਲਤੀ ਦੇ ਕਾਰਨ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਤਾਂ ਦੱਸ ਦਈਏ ਕਿ ਸੜਕ ਪਾਰ ਕਰਨ ਵੇਲੇ ਇਹ ਹਾਦਸਾ ਵਾਪਰਿਆ, ਪੁਲਿਸ ਵੀ ਮੌਕੇ 'ਤੇ ਪਹੁੰਚੀ, ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਫੋਰਚੂਨਰ ਸਵਾਰ, ਅਤੇ ਜਿਹੜਾ ਪੱਤਰਕਾਰ ਹੈ ਜਿਸ ਦੀ ਮੌਤ ਹੋ ਗਈ ਉਹ ਚੱਕ ਮੰਡੇਰ ਦੇ ਵੱਲ ਨੂੰ ਜਾ ਰਿਹਾ ਸੀ। ਤਾਂ ਤਸਵੀਰਾਂ ਦੇਖੋ, ਬੰਗਾ ਫਗਵਾੜਾ ਨੈਸ਼ਨਲ ਹਾਈਵੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਭਿਆਨਕ ਸੜਕੀ ਹਾਦਸਾ ਵਾਪਰਿਆ। ਇੱਕ ਵਾਰ ਫਿਰ ਤਸਵੀਰਾਂ ਦੇਖੋ, ਧਿਆਨ ਨਾਲ ਆਟੋ ਆ ਰਿਹਾ ਹੈ, ਇੱਕ ਐਕਟਿਵਾ ਜੋ ਕਿ ਸੜਕ ਪਾਰ ਕਰ ਰਹੀ ਆ, ਐਕਟਿਵਾ 'ਤੇ ਸਵਾਰ ਪੱਤਰਕਾਰ ਗੁਰਨਾਮ ਸਿੰਘ ਜੋ ਕਿ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤਾਂ ਇਸੇ ਦੌਰਾਨ ਤੇਜ਼ ਰਫ਼ਤਾਰ ਫੋਰਚੂਨਰ ਕਾਰ ਆਉਂਦੀ ਹੈ, ਸਿੱਧਾ ਲਿਆ ਕੇ ਉਸਦੇ ਵਿੱਚ ਟੱਕਰ ਹੋ ਜਾਂਦੀ ਹੈ। ਤਾਂ ਦੇਖ ਸਕਦੇ ਹੋ ਕਾਫੀ ਦੂਰ ਤੱਕ, ਕਈ ਮੀਟਰ ਦੂਰ ਜਾ ਕੇ ਪੱਤਰਕਾਰ ਡਿੱਗਦਾ ਹੈ, ਜਿਸ ਕਰਕੇ ਉਸਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।